60 साल दी एज हो गई इदां दा प्राइम मिनिस्टर माड़ा कुत्ता बंदा असी नहीं देखा कदी भी। ਵਾਹਿਗੁਰੂ ਜੀ ਕੀ ਫਤਿਹ। ਜੈ ਜਵਾਨ ਜੈ ਕਿਸਾਨ। ਅੱਜ ਦਾ ਜੋ ਇਹ ਧਰਨਾ ਆ, ਪਿਛਲੇ 5 ਮਹੀਨਿਆਂ ਤੋਂ ਕਿਸਾਨ ਮਜ਼ਦੂਰ ਔਰ ਸੰਘਰਸ਼ ਇਹ ਕਰ ਰਿਹਾ ਆ। ਕਦੀ ਸਟੇਸ਼ਨਾਂ 'ਤੇ ਬੈਠ ਕੇ ਪਿਛਲੇ ਸਮੇਂ 'ਚ ਤੁਸੀਂ ਦੇਖਿਆ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਿਛਲੇ 2.5 ਮਹੀਨਿਆਂ ਤੋਂ ਸਿੰਘੂ ਬਾਰਡਰ ਦੇ ਉੱਤੇ ਕੜਕ ਦੀ ਠੰਡ ਦੇ ਵਿੱਚ, ਜਿਹਦੇ ਵਿੱਚ ਅਸੀਂ ਪਾਣੀ ਤੱਕ ਨਹੀਂ ਪੀ ਸਕਦੇ ਪਿੰਡਾਂ, ਉੱਦਾਂ ਦੀ ਠੰਡ ਦੇ ਵਿੱਚ ਬਿਲਕੁਲ ਜਿੱਦਾਂ ਦੀ ਸੜਕ 'ਤੇ ਅੱਜ ਅਸੀਂ ਬੈਠੇ ਹਾਂ, ਇੱਦਾਂ ਦੀ ਸੜਕਾਂ 'ਤੇ ਬੈਠ ਕੇ ਉਹਨਾਂ ਨੇ ਕਾਲੇ ਕਾਨੂੰਨ ਦੇ ਖਿਲਾਫ਼ ਧਰਨੇ ਲਾਏ ਸੀਗੇ। ਲੇਕਿਨ ਇਸ ਮੋਦੀ ਸਰਕਾਰ ਨੇ 26 ਜਨਵਰੀ ਵਾਲੇ ਦਿਨ ਇਸ ਧਰਨੇ ਨੂੰ ਖਾਲਿਸਤਾਨੀ ਦਾ ਨਾਂ ਦੇ ਕੇ ਵਰਲਡ ਦੇ ਵਿੱਚ ਸਾਡੀ ਸਿੱਖੀ ਨੂੰ, ਸਾਡੇ ਪੰਜਾਬ ਨੂੰ, ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਆ। ਮੈਂ ਇਸ ਮੀਡੀਆ ਦੇ ਥਰੂ ਸਾਰੇ ਆਵਾਮ ਨੂੰ, ਸਾਰੇ ਹਿੰਦੁਸਤਾਨ ਦੇ, ਸਾਡੇ ਸੂਬੇ ਪੰਜਾਬ ਨੂੰ ਇਹ ਦੱਸਣਾ ਚਾਹੁੰਦਾ ਵੀ ਇਹੋ ਜਿਹਾ ਕੋਈ ਉੱਥੇ ਵਾਰਦਾਤ ਨਹੀਂ ਹੋਈ, ਕੋਈ ਇਹੋ ਜਿਹਾ ਕੋਈ ਕਿਸੇ ਨੇ ਕੋਈ ਗਲਤ ਕਦਮ ਨਹੀਂ ਚੱਕਿਆ। ਕਿਉਂ ਮੋਦੀ ਮੀਡੀਆ ਇਸ ਵੇਲੇ ਇਹ ਗੱਲਾਂ ਫੈਲਾ ਰਿਹਾ ਆ, ਮੋਦੀ ਸਰਕਾਰ ਦੇ ਕਹਿਣ ਦੇ ਉੱਤੇ ਫੈਲਾ ਰਿਹਾ ਆ? ਅੱਜ ਤੱਕ ਮੈਂ 43 ਸਾਲ ਦੀ ਉਮਰ ਹੋ ਗਈ ਆ, ਮੈਂ ਅੱਜ ਤੱਕ ਇਹੋ ਜਿਹੇ ਸ਼ਾਸਨ ਨਹੀਂ ਕਦੀ ਸੀ ਸੁਣਿਆ ਵੀ ਪਿਛਲੇ 2.5 ਮਹੀਨਿਆਂ ਤੋਂ ਕੜਕ ਦੀ ਠੰਡ ਦੇ ਵਿੱਚ ਬਾਹਰ ਬੈਠੇ ਆ ਔਰ ਪਿਛਲੇ 5 ਮਹੀਨਿਆਂ ਤੋਂ ਸਾਰੇ ਟੋਲ ਪਲਾਜ਼ਿਆਂ 'ਤੇ ਬੈਠੇ ਆ, ਕੁਛ ਸਾਡੇ ਜ਼ਿਮੀਂਦਾਰ ਭਰਾ, ਮਜ਼ਦੂਰ ਭਰਾ ਸਟੇਸ਼ਨਾਂ 'ਤੇ ਬੈਠੇ ਆ, ਰੇਲ ਗੱਡੀਆਂ ਬੰਦ ਹੋਈਆਂ ਆ, ਆਵਾਜਾਈ ਠੱਪ ਹੋਈ ਆ। ਲੇਕਿਨ ਇਹੋ ਜਿਹਾ ਸ਼ਾਸਨ ਅੱਜ ਤੱਕ ਨਾ ਇੰਡੀਆ ਦੇ ਵਿੱਚ ਕਿਤੇ ਪੂਰੇ ਵਰਲਡ ਦੇ ਵਿੱਚ ਨਾ ਹੋਇਆ ਸੀ, ਨਾ ਇੱਦਾਂ ਦੀਆਂ ਗੱਲਾਂ ਕਿਤੇ ਕਿਤੇ ਰਸ਼ੀਆ ਦੇ ਵਿੱਚ ਸੁਣਦੇ ਹੁੰਦੇ ਸੀ, ਕਿਤੇ ਅਫਰੀਕਾ ਦੇ ਵਿੱਚ ਸੁਣਦੇ ਸੀ, ਹੋਰ ਸੀਰੀਆ ਦੇ ਵਿੱਚ ਇੱਦਾਂ ਦੇ ਹਾਲਾਤ ਸੁਣਦੇ ਸੀ। ਅੱਜ ਦੀ ਡੇਟ ਦੇ ਵਿੱਚ ਇੱਦਾਂ ਦਾ ਪ੍ਰਬੰਧ ਮੇਰਾ ਖਿਆਲ ਆ, ਮੈਂ ਉੱਥੇ ਬਾਰਡਰ 'ਤੇ, ਸਿੰਧੂ ਬਾਰਡਰ 'ਤੇ ਦੇਖ ਕੇ ਆਇਆ, ਜਿਹੋ ਜਿਹਾ ਪ੍ਰਬੰਧ ਕਿਸਾਨਾਂ ਨੇ ਲਾਇਆ ਹੋਇਆ, ਇੱਦਾਂ ਦਾ ਪ੍ਰਬੰਧ ਨਾ ਤਾਂ ਕਦੀ ਮੈਂ ਪਾਕਿਸਤਾਨ ਦੇ ਬਾਰਡਰ 'ਤੇ ਦੇਖਿਆ ਸੀ ਅਤੇ ਨਾ ਕਦੀ ਮੈਂ ਅੱਜ ਤੱਕ ਚਾਈਨਾ ਦੇ ਬਾਰਡਰ 'ਤੇ ਦੇਖਿਆ, ਜਿੱਥੇ ਹਰ ਵੇਲੇ ਸੈਂਸਿਟੀਵਿਟੀ ਰਹਿੰਦੀ ਆ, ਹਰ ਵੇਲੇ ਖਤਰਾ ਰਹਿੰਦਾ ਆ। ਇੱਥੇ ਤਾਂ ਪੂਰੇ 5 ਮਹੀਨਿਆਂ ਤੋਂ, ਸਾਢੇ 5 ਮਹੀਨਿਆਂ ਤੋਂ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਪ੍ਰਦਰਸ਼ਨ ਹੋ ਰਿਹਾ, ਜਿਹੜਾ ਇਹ ਸੰਘਰਸ਼ ਚੱਲ ਰਿਹਾ, ਸ਼ਾਂਤਮਈ ਢੰਗ ਨਾਲ ਚੱਲ ਰਿਹਾ। ਜਿਹੜਾ 26 ਜਨਵਰੀ ਵਾਲਾ ਜੋ ਵੀ ਵਾਕਿਆ ਹੋਇਆ, ਉਹਦੇ ਵਿੱਚ ਉਹਨਾਂ ਦਾ ਆਪਣਾ ਇੱਕ ਰੋਲ ਰਿਹਾ ਆ। ਜਿਹੜੀ 60 ਸਾਲ ਦੀ ਏਜ ਹੋ ਗਈ, ਇੱਦਾਂ ਦਾ ਪ੍ਰਾਈਮ ਮਿਨਿਸਟਰ ਮਾੜਾ ਕੁੱਤਾ ਬੰਦਾ ਅਸੀਂ ਨਹੀਂ ਦੇਖਿਆ ਕਦੇ ਵੀ, ਕਿਉਂਕਿ ਉਹਨੂੰ ਕਿਸੇ ਦਾ ਦਰਦ ਹੀ ਨਹੀਂ ਗਾ। ਦੇਖੋ ਦੂਸਰੀ ਗੱਲ, ਜਿਹੜੀ ਸਿੱਧੀ ਪੱਧਰੀ ਗੱਲ ਆ, ਜਿਹਨੂੰ